ਅੱਜ ਜੋ ਕੁਝ ਹੋਇਆ ਕਾਂਗਰਸ ਪਾਰਟੀ ਦੀ ਡੈਸਪਰੇਸ਼ਨ ਕਾਂਗਰਸ ਪਾਰਟੀ ਦੀ ਬਕਲਾਹਟ ਸਾਹਮਣੇ ਆਈ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਏ ਨੋ ਕੌਨਫੀਡੈਂਸ ਮੋਸ਼ਨ ਕੀ ਜ਼ਰੂਰਤ ਕੋਈ ਨਹੀਂ ਥੀ ਮਗਰ ਕਿਉਂਕਿ ਅਖੀਰਲਾ ਸੈਸ਼ਨ ਥਾ ਕਾਂਗਰਸ ਪਾਰਟੀ ਡੈਸਪਰੇਟ ਥੀ ਆਪਣੀ ਬਾਤ ਕਿਸੀ ਨਾ ਕਿਸੀ ਤਰੀਕੇ ਨਾਲ ਜਗ੍ਹਾ ਬਣਾਉਣਾ ਚਾਹਤੀ ਥੀ ਲੋਕੋ ਮੇਂ ਬਾਦਲ ਸਾਹਿਬ ਨੇ ਬੜੇ ਮੈਗਨੈਨਿਮਸਲੀ ਬਹੁਤ ਬੜੇ ਦਰਿਆ ਦਿੱਲੀ ਸੀ ਉਸਕੋ ਐਕਸੈਪਟ ਕਰਾ ਅਬ ਜਬ ਐਕਸੈਪਟ ਹੋ ਗਿਆ ਬਿਜ਼ਨਸ ਐਡਵਾਈਜ਼ਰੀ ਕਮੇਟੀ ਮੇਂ ਜਿਨਕੇ ਇਨਕੇ ਮੈਂਬਰ ਹੈ ਕਾਂਗਰਸ ਪਾਰਟੀ ਕੇ ਸੀ ਐਲ ਪੀ ਕੇ ਲੀਡਰ ਵੀ ਉਧਰ ਜਾਤੇ ਹੈ ਯੇ ਵੀ ਫੈਸਲਾ ਹੋ ਗਿਆ ਕਿ ਕਿਤਨਾ ਟਾਈਮ ਕਿਸਕੋ ਮਿਲੇਗਾ ਜਬ ਬਾਤ ਸ਼ੁਰੂ ਹੋ ਗਈ ਅਬ ਡਿਬੇਟ ਕਰੋ ਡਿਬੇਟ ਕਰਨੇ ਕੀ ਜਗ੍ਹਾ ਪੱਗ ਕਾ ਰੰਗ ਯੇ ਬੈਜ ਕਿਉਂ ਪਹਿਨਾ ਹੈ ਯੇ ਕੁੜਤੇ ਕਾ ਰੰਗ ਮਤਲਬ ਫ੍ਰਿਵਲਸ ਬਾਤੋਂ ਮੇਂ ਪੜ ਗਈ ਫਿਰ ਬਾਤ ਉਧਰ ਸੇ ਡੀਰੇਲ ਹੋਤੀ ਹੋਤੀ ਬੜੀ ਕੋਸ਼ਿਸ਼ ਕਰੀ ਸਪੀਕਰ ਸਾਹਿਬ ਨੇ ਦੋ ਤਿੰਨ ਵਾਰੀ ਇਹ ਡਿਬੇਟ ਹੋ ਜਾਏ ਇਸ 'ਤੇ ਨਹੀਂ ਹੋਈ ਫਿਰ ਔਰ ਲੀਡ ਜੋ ਚੇਅਰਮੈਨ ਬੈਠੇ ਤਬ ਨਹੀਂ ਹੋਈ ਡੈਸਪਰੇਸ਼ਨ ਇਸ ਹੱਦ ਤੱਕ ਹੋ ਗਈ ਕਿ ਅਖੀਰ ਮੇਂ ਜਬ ਉਹ ਇੱਕ ਡੈਡਲੌਕ ਪੈਦਾ ਹੋ ਗਿਆ ਫਿਰ ਕਿਆ ਥਾ ਵੋਇਸ ਵੋਟ ਹੋ ਗਿਆ ਵੋਇਸ ਵੋਟ ਸੇ ਫੈਸਲਾ ਹੋ ਗਿਆ ਮੋਸ਼ਨ ਡਿਫੀਟ ਹੋਣਾ ਹੀ ਥਾ ਪਹਿਲੇ ਵੀ ਪਤਾ ਥਾ ਮਗਰ ਇਨਕੀ ਮਨ ਕੀ ਤਸੱਲੀ ਕੇ ਲੀਏ ਅਲਾਓ ਕਰਾ ਕੇ ਕਿ ਡਿਬੇਟ ਕਰ ਲਓ ਡਿਬੇਟ ਸੇ ਭਾਗੇ ਮੈਨੇ ਤੋ ਬੜੇ ਧਿਆਨ ਸੇ ਉਸਕੋ ਲਗਤਾ ਹੈ ਕਿ ਸ਼ਾਇਦ ਦਿਖਤਾ ਨਹੀਂ ਕਿਸੀ ਕੋ ਕੁਛ ਮੈਨੇ ਤੋ ਇੱਕ ਮਿੰਟ ਮੇਂ ਪਕੜ ਲਿਆ ਕਿ ਕਿਸਨੇ ਜੂਤਾ ਫੇਂਕਾ ਅਬ ਜੂਤਾ ਕਿਸ ਪੇ ਫੇਂਕਾ ਥਾ ਯੇ ਤੋ ਮੇਰੇ ਕੋ ਨਹੀਂ ਪਤਾ ਲਗਾ ਮਗਰ ਆ ਕੇ ਉਧਰ ਗਿਰਾ ਹਮਾਰੀ ਤਰਫ